ਫਿਰੋਜ਼ਪੁਰ ਦੇ ਵਿੱਚ ਜ਼ੋਮੈਟੋ ਖਾਣਾ ਡਿਲੀਵਰੀ ਕਰਨ ਵਾਲੇ 150 ਮੁਲਾਜ਼ਮਾਂ ਦੇ ਵੱਲੋਂ ਬਗਦਾਦੀ ਗੇਟ ਦੇ ਸਾਹਮਣੇ ਕੰਪਨੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜ਼ੋਮੈਟੋ ਮੁਲਾਜ਼ਮਾਂ ਦਾ ਇਸ ਮੌਕੇ ਤੇ ਕਹਿਣਾ ਸੀ ਕਿ ਪਹਿਲਾਂ ਕੰਪਨੀ ਦੇ ਵੱਲੋਂ ਉਹਨਾਂ ਨੂੰ 25 ਰੁਪਏ ਪ੍ਰਤੀ ਆਰਡਰ ਦੇ ਦਿੱਤੇ ਜਾਂਦੇ ਸਨ, ਜੋ ਕਿ ਹੁਣ ਘਟਾ ਕੇ 20 ਰੁਪਏ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਲਦੇ ਸਨ, ਜੋ ਕਿ ਹੁਣ ਘਟਾ ਕੇ 2 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤੇ ਗਏ ਨੇ, ਜਿਸ ਕਰਕੇ ਉਹ ਵਿਰੋਧ ਕਰ ਰਹੇ ਨੇ। ਉੱਥੇ ਦੱਸਣਯੋਗ ਹੈ ਕਿ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਨੂੰ ਪਹਿਲਾਂ ਵਾਂਗ ਪੈਸੇ ਨਾ ਦਿੱਤੇ ਗਏ ਤਾਂ ਉਹ ਕੜਾ ਸੰਘਰਸ਼ ਕਰਨਗੇ। ਉੱਥੇ ਜਦ ਦੂਜੇ ਪਾਸੇ ਜ਼ੋਮੈਟੋ ਦਫ਼ਤਰ ਦੇ ਮੈਨੇਜਰ ਗੁਲਸ਼ਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਵਰਕਰ ਕੰਪਨੀ ਦੇ ਕੋਲੋਂ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਨੇ। 25 ਰੁਪਏ ਆਰਡਰ ਦੇ ਦਿੰਦੇ ਸੀਗੇ, ਉਹਨਾਂ ਨੇ 20 ਰੁਪਏ ਕਰਤੇ ਨੇ, ਉੱਤੋਂ ਸਾਨੂੰ 10 ਰੁਪਏ ਕਿਲੋਮੀਟਰ ਦਿੰਦੇ ਸੀਗੇ, ਕਰਤੇ 5, ਸਾਡਾ 2 ਰੁਪਈਏ ਕਿਲੋਮੀਟਰ ਦਾ ਦਿੰਦੇ ਪਏ ਨੇ। ਤੇਲ ਇਸ ਟਾਈਮ 80 ਰੁਪਏ ਨੇੜੇ ਪਹੁੰਚ ਗਿਆ ਵਾ, ਸਾਡਾ ਕੀ ਮਤਲਬ ਮੋਟਰਸਾਈਕਲ ਵੀ ਇੰਜਣ ਵੀ ਜਾਣਾ, ਮੋਟਰਸਾਈਕਲ ਦਾ ਸਾਰਾ ਕੁਝ ਹੋਣਾ ਵਾ, ਅਸੀਂ ਆਪਦਾ ਕਹਿੰਦਾ 8:30 ਦੇ ਲੱਗੀਦਾ, ਰਾਤ 11 ਵਜੇ ਦਾ ਕੰਮ ਕਰੀਦਾ, 20 ਰੁਪਏ ਕਹਿੰਦੇ ਆਰਡਰ ਦੇਵਾਂਗੇ, 2 ਰੁਪਏ ਕਿਲੋਮੀਟਰ ਦੇਵਾਂਗੇ, 2.5 ਰੁਪਏ ਕਿਲੋਮੀਟਰ, ਉਹ ਤੋਂ ਬਾਅਦ ਜੇ ਅਸੀਂ 10 ਕਿਲੋਮੀਟਰ ਤੱਕ ਜਾਵਾਂਗੇ ਤੇ ਸਾਨੂੰ ਕਹਿੰਦੇ 35 ਰੁਪਏ ਦੇਵਾਂਗੇ, 10 ਅਸੀਂ ਵਾਪਸ ਨਹੀਂ ਜਾਣਾ ਜੀ। ਕਿ ਕਹਿੰਦੇ ਕੰਪਨੀ ਨੂੰ ਘਾਟਾ ਪੈਂਦਾ ਪਿਆ, ਕੰਪਨੀ ਨੂੰ ਕਾਹਦਾ ਘਾਟਾ ਜੀ, ਜ਼ੋਮੈਟੋ ਉਹਨਾਂ ਰੈਸਟੋਰੈਂਟਾਂ ਦਾ ਤਾਂ ਪੈਸੇ ਵਧਾਈ ਜਾਂਦੇ ਨੇ, 19 ਲੈਂਦੇ 25 ਕਰਤੇ ਨੇ, ਕੰਪਨੀ ਨੂੰ ਕਾਹਦਾ ਘਾਟਾ ਜੀ। ਇਹ ਕਿੰਨਾ ਸਟਾਫ ਹੈ ਤੁਹਾਡਾ? ਸਾਡਾ ਸਟਾਫ ਘੱਟੋ ਘੱਟ 150 ਬੰਦੇ ਦਾ ਸਟਾਫ ਹੈ ਸ਼ਹਿਰ 'ਚ, ਸ਼ਹਿਰ ਛੋੜੀ ਮਿਲਾ ਕੇ ਤੁਸੀਂ ਹੁਣ ਸਾਰੇ ਕਸਟਮਰ ਨੂੰ ਅਸੀਂ ਧਰਨਾ ਲਾਉਂਗਾ। ਸਾਡਾ ਜ਼ੋਮੈਟੋ ਬੰਦ ਹੈ ਜੀ ਅੱਜ ਬਿਲਕੁਲ। ਸਰਜਨ ਦਾ ਰੇਟ ਕਾਰਡ ਚੇਂਜ ਹੈ, ਤੋ ਰੇਟ ਕਾਰਡ ਚੇਂਜ ਮੀਨ ਕਾ ਜੋ ਹੈ 5 ਰੁਪਏ ਜੋ ਹੈ ਕਮ ਹੁਆ ਹੈ, ਬੇਸ ਪੇਮੈਂਟ ਸੇ ਜੋ ਪਹਿਲੇ 15 ਥਾ ਵੋ ਹੋ ਗਿਆ ਹੈ ਅਬ 10 ਰੁਪਏ, ਤੋ ਟੋਟਲ ਇੱਕ ਆਰਡਰ ਮੈਂ ਇਨਕੋ 20 ਰੁਪਏ ਪਲਸ 5 ਰੁਪਏ ਇਨਕਾ ਰੇਟਿੰਗ ਮਿਲ ਜਾਤਾ ਹੈ। ਤੋ ਕਿਆ ਹੁਆ ਹੈ ਕਿ ਇਨਕਾ ਬੇਸ ਪੇ ਕਮ ਕੀਆ ਹੈ, ਲੇਕਿਨ ਇਨਕਾ ਇਨਸੈਂਟਿਵ ਬੜਾ ਗਿਆ ਹੈ। ਪਹਿਲੇ 17 ਆਰਡਰ ਪੇ ਹਮਕੋ ਥੋੜਾ ਹਮ ਜੈਸੇ ਕੁਛ ਲਿਮਿਟਿਡ ਥਾ, ਅਬ 17 ਕੀ ਜਗ੍ਹਾ 20 ਕਰਕੇ ਹਮਨੇ ਉਸਕੋ ਇਨਸੈਂਟਿਵ ਤੋ ਬੜਾ ਦਿਆ ਹੈ। ਤੋ ਯੇ ਵਹੀ ਬਾਤ ਸਮਝ ਨਹੀਂ ਰਹੇ ਹੈ ਅਭੀ, ਤੋ ਇਨਕੋ ਵਹੀ ਸਮਝਾਨੇ ਕੀ ਕੋਸ਼ਿਸ਼ ਕਰ ਰਹੇ ਹਮ ਲੋਗ, ਤੋ ਵੈਲ ਐਂਡ ਗੁੱਡ ਜੋ ਵੀ ਹੋਗਾ ਅੱਛਾ ਹੋਵੇਗਾ, ਇਨਕੋ ਤੋ ਸਹੀ ਹੋ ਜਾਏਗਾ, ਔਰ ਕੁਛ ਵੀ ਨਹੀਂ ਰੇਟ ਕਾਰਡ ਦਾ ਇਸ਼ੂ ਹੈ, ਉਹ ਸੋਰਟਡ ਹੋ ਜਾਏਗਾ। ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ ਟੀਵੀ NRI ਦੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।